स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड मलसियां कलां इहनू तहसील जीरा पैंदी है ते जिला जिहड़ा हैगा वह फिरोजपुर है। जिहड़े घर चो वीडियो बना रहे हैं दसो इस वीर नू पिछले कुछ समय तो मुरा नसल का शौक है ते ब्रीडिंग वाले पासे बई ध्यान दे रहा। अज बड़ी खास वीडियो एक तो इस पक्ष तो भी थोनू उन्हां वीरां नू हौसला मिलेगा जिहड़े बाले पशु जां महंगे पशु नहीं खरीद सकते किवें एक पशु तो जां किद्दां आपदे घर दे पशुआं तो ब्रीड सुधारनी है उहदा आइडिया थोनू इन्हां गल्लां बातों चों अज लगेगा। तो दूजी गल अज दी वीडियो दे विच दो झोटे दिखा देने जिहदे च इक हजे छोटी उम्र का कट्टा ही है ते इक इधर झोटा जिहड़ा क्रॉसिंग वास्ते अवेलेबल है। इन्हों दोवों के एक नाग बई कहिंदा सी वी सेल भी कर देंगे क्योंकि इहदी जिहड़े दोनों की माँ है वह चंगे दुध वाली ते इन्हां दे प्यो भी जिहड़े वह जाने पछाने हैं। बाकी आपां डिटेल वीर तो पुछांगे। एक होर खास गल रहेगी दोस्तों राका बुल तुसीं बहुत सुनिया होगा तो उहदी झोटी मैं शायद आपदे चैनल पर पहला नहीं कोई दिखाई पर अज एक मझ तुहानूं दिखा देनी है जिहड़ी राके की धी है तो चंगे दुध ते चलदी है। सो आओ आपां बाई जी होरां तो इन्हां पशुआं बारे जानकारी लैनी शुरू करिए क्योंकि सारे ही पशु इस टाइम जिहड़े घर च आ रिकॉर्ड वाले है तो फिर नाल जिहड़े दो नग जिन्हां दे विचों ऑप्शन रखी है भी एक पशु वेचना एक झोटा वेचना वो तुहानूं नाल दोनों नग जिहड़े उह चंगी तरह तोर के भी दिखाउण दी कोशिश करांगे। आओ मिल गए बाई दे नाल ते करदे आं गल्लां बातां आपां। ਬਾਈ ਸਤਿ ਸ਼੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਿਓ ਜੀ ਆਪਣਾ। ਨਾਮ ਮੇਰਾ ਗੁਰਪ੍ਰੀਤ ਸੰਧੂ। ਠੀਕ ਹੈ ਗੁਰਪ੍ਰੀਤ ਬਾਈ, ਸ਼ੌਂਕ ਪਸ਼ੂ ਪਾਲਣ ਵਾਲੇ ਪਾਸੇ ਕਦੋਂ ਕਦਾ? ਇਹ ਸ਼ੌਂਕ ਜੀ ਬਚਪਨ ਤੋਂ ਹੀ ਆ, ਛੋਟੇ ਜਿਹੇ ਹੁੰਦੇ ਮਤਲਬ। ਅੱਛਾ, ਸ਼ੌਂਕ ਬਚਪਨ ਤੋਂ ਹੀ ਹੈ। ਅੱਛਾ, ਜਿਵੇਂ ਪਹਿਲਾਂ ਆਪਾਂ ਗੱਲਾਂ ਕਰਦੇ ਸੀਗੇ ਅੱਜ ਤੁਹਾਡੇ ਕੋਲ ਲਗਭਗ ਤੁਹਾਨੂੰ ਮੱਝਾਂ ਦਾ ਜਾਂ ਨਵੀਆਂ ਕੱਟੀਆਂ ਦਾ ਸਾਰੀਆਂ ਦਾ ਪਤਾ ਕਿਹੜੇ ਕਿਹੜੇ ਬੋਲਦੀ ਹੈ, ਇਵੇਂ ਧਿਆਨ ਕਦੋਂ ਕਿਤੋਂ ਗਿਆ ਚੰਗੇ ਸੀਮਨ ਵਾਲੇ ਪਾਸੇ? ਚੰਗੇ ਸੀਮਨ ਵਾਲੇ ਬੰਨੇ ਬਾਈ ਜੀ ਜਿਵੇਂ ਸੁਣੀਦਾ ਸੀ ਤੇ 8-9-10 ਦੀ ਤਕਰੀਬਨ ਗੱਲ ਆ। ਅੱਛਾ, ਪਹਿਲਾਂ ਡਾਇਰੈਕਟ ਕਰੋਸਿੰਗ ਕਰਾਵਾਂ ਕਰਵਾ ਕੇ ਲਿਆ ਫਿਰੋਜ਼ਪੁਰੋਂ ਜਾ ਕੇ। ਅੱਛਾ, ਉਹ ਨੀਲੀ ਰਾਵੀ ਦੇ ਸੀ। ਠੀਕ ਹੈ, ਉਹ ਮੱਝ ਮੇਰੇ ਕੋਲ ਹੁੰਦੀ ਹੈ ਫਿਰ ਉਹ ਸੇਲ ਕਰਤੀ, ਉਹ ਤੋਂ ਬਾਅਦ ਮੈਂ ਫਿਰ ਜਿਵੇਂ ਡਾਇਰੈਕਟਰੀ ਲੈਣ 'ਚ ਸੀਮਨ ਭਰਨ ਲੱਗ ਪਏ। ਅੱਛਾ, ਫਿਰ ਮੈਂ ਉਸ ਬੰਨੇ ਫਿਰ ਸੀਮਨ ਭਰਾਉਣ ਲੱਗ। ਹਾਂਜੀ, ਸੀਮਨ ਭਰਾਉਣ। ਅੱਛਾ, ਘਰ ਦੇ ਵਿੱਚ ਪਹਿਲਾਂ ਜਦੋਂ ਇਸ ਪਾਸੇ ਧਿਆਨ ਨਹੀਂ ਸੀ ਉਦੋਂ ਕਿੰਨੇ ਕੁ ਦੁੱਧ ਵਾਲੀਆਂ ਮੱਝਾਂ ਸੀਗੀਆਂ? ਪਹਿਲਾਂ ਮੀਨਜ ਵੀ ਹੁੰਦੀਆਂ ਸੀ ਜਿਵੇਂ ਕੋਈ 10-12-13 ਲੀਟਰ ਦਾ 12-13। ਠੀਕ ਹੈ। ਅੱਛਾ, ਫਿਰ ਜਦੋਂ ਧਿਆਨ ਗਿਆ ਸੀ ਮਨਾਲੇ ਪਾਸੇ ਨੂੰ ਫਿਰ ਕਿਹੜੀ ਮੱਝ ਨੇ ਸਭ ਤੋਂ ਜ਼ਿਆਦਾ ਦੁੱਧ ਦਿੱਤਾ ਘਰ ਦੇ ਵਿੱਚ? ਘਰ ਦੇ ਵਿੱਚ ਤਾਂ ਜੀ ਮੇਰੇ ਕੋਲ ਮਤਲਬ ਵੀ ਜਿਹੜੀ ਇਹ ਮੱਝ ਦੀ ਮਾਂ ਸੀ ਇਹ ਰਾਕਾ ਬੁੱਲ ਦੀ ਧੀ ਆ ਜੀ। ਠੀਕ ਹੈ, ਜਿਹੜੇ 12 ਚੈਂਪੀਅਨ ਬਣਿਆ ਸੀ। ਅੱਛਾ, ਇਹਦੀ ਮਾਂ ਸੀ ਉਹਨੇ ਮੀਨਜ ਵੀ 13-14 ਕਿਲੋ ਦੁੱਧ ਦਿੰਦੀ ਹੁੰਦੀ। ਇਹਦੀ ਮਾਂ 13-14 ਕਿਲੋ ਦੁੱਧ ਦਿੰਦੀ ਸੀ ਤੇ ਇਹ ਰਾਕੇ ਦੀ ਧੀ ਹੈ ਤੇ ਇਹ ਕਿੰਨੇ ਦੁੱਧ ਤੇ ਚਲੀ ਗਈ? ਇਹ ਜੀ 20 ਦੇ ਗੇੜ ਦੇ ਵਿੱਚ ਆ, 20 ਦੇ ਮਤਲਬ ਲਾਗੇ ਤਾਗੇ 20 ਤੋਂ ਉੱਤੇ ਕਦੀ ਥੱਲੇ 20 ਦੇ ਗੇੜ, ਯਾਨੀ 19 ਤੋਂ 21 ਦੇ ਸੰਨ ਚ ਰਹਿ ਜਾਂਦੀ ਹੈ। 21 ਦੇ ਸੰਨ ਚ ਰਹਿ ਜਾਂਦੀ ਹੈ। ਠੀਕ ਹੈ। ਅੱਛਾ, ਇਹ ਕਿੰਨਵਾਂ ਸੂਆ ਮੱਝ ਸੂਈ ਵੀ ਹੈ? ਇਹ ਤੀਜਾ ਸੂਆ ਜੀ, ਹੁਣ ਚੌਥੇ ਸੂਏ ਦੀ ਗੱਭਣ ਆ ਜੀ 5 ਮਹੀਨੇ ਦੀ। ਚੌਥੇ ਸੂਏ ਵਾਸਤੇ ਗੱਭਣ ਹੈ? ਹਾਂਜੀ। ਇਹਦੀ ਚਵਾਈ ਕਿਤੇ ਕਰਾਈ ਲਾਈਵ ਕਿਤੇ ਜਾਂ ਕੋਈ? ਲਾਈਵ ਮੈਂ ਨਾ ਇਕੱਲਾ ਵੀ ਇਕੱਲਾ ਕਰਕੇ ਨਾ ਮੈਂ ਮਿਲਿਆ ਮੁੱਲਿਆਂ ਤੇ ਵੀ ਘੱਟ ਗਿਆ। ਅੱਛਾ, ਠੀਕ ਹੈ। ਲਾਈਵ ਚਵਾਈ ਵੀ ਨਹੀਂ ਹੋਈ। ਠੀਕ ਹੈ, ਵੀ ਘਰੇ ਮੋਬਾਈਲ ਤੇ ਮਤਲਬ ਵੈਸੇ ਸ਼ੌਂਕ ਨਾਲ ਬਣਾਈਆਂ ਇੱਕ ਦੋ ਇਹਦੀਆਂ। ਅੱਛਾ, ਚਵਾਈ ਕਰਦਿਆਂ ਨੇ ਵੀਡੀਓ ਬਣਾਈ ਜਾਵਾਂਗੇ ਉਹ ਆਪਾਂ ਦੋਸਤੋ ਸਕਰੀਨ ਤੇ ਤੁਹਾਨੂੰ ਮੈਂ ਚਲਾ ਕੇ ਦਿਖਾਉਂਗਾ। ਜਦੋਂ ਮਿਲਕਿੰਗ ਕਰਦੇ ਆ ਬਾਈ ਜੀ ਹੋਰੀ ਤਾਂ ਉਹ ਇਹਨਾਂ ਨੇ ਵੀਡੀਓ ਵੈਸੇ ਰਿਕਾਰਡ ਕਰਕੇ ਰੱਖੀਆਂ ਵੀਆਂ, ਬਾਏ ਮਿਸਟੇਕ ਇੱਕ ਵੀਡੀਓ ਇਹਨਾਂ ਤੋਂ ਡਿਲੀਟ ਹੋਈ ਵੀ ਹੈ, ਇੱਕ ਵੀਡੀਓ ਹੈਗੀ ਜਿਹੜੀ ਮੈਂ ਲਾ ਵੀ ਦੇਊਂਗਾ ਸ਼ਾਰਟ ਨਾਲ। ਆਉਣ ਵਾਲੇ ਟਾਈਮ 'ਚ ਫਿਰ ਉਮੀਦ ਕਰ ਸਕਦੇ ਹਾਂ ਚਵਾਈ ਕੇ ਦਿਖਾਵਾਂਗੇ, ਇੱਦਾਂ ਵੀ ਬਣਦਾ ਸ਼ੌਂਕ? ਆਉਣਾ ਮੇਰਾ ਚਾਹੋਂ ਕਿ ਹਈ ਵੀ ਆਪਾਂ 20+ ਵਾਲੀਆਂ ਮੱਝਾਂ ਮਤਲਬ। ਅੱਛਾ, ਲਾਈਵ ਚਵਾਵਾਂਗੇ। ਠੀਕ ਹੈ। ਅੱਛਾ ਬਾਈ, ਇਹ ਆਪ ਰਾਕੇ ਬੋਲਦੀ ਹੈ, ਇਹ ਤੋਂ ਫਿਰ ਬੱਚੇ ਕੀ ਕੀ ਲਏ ਆਪਾਂ ਤੇ ਕਿਹੜੇ ਕਿਹੜੇ ਬੋਲਦੇ ਆਏ ਜਿਹੜੇ ਤੂੰ ਪਹਿਲਾਂ? 3 ਬੱਚੇ ਆ ਗਏ ਇਹਦੇ ਤੋਂ ਜੀ। 3 ਬੱਚੇ ਪਹਿਲਾਂ ਮਤਲਬ ਸਾਰਿਆਂ ਨਾਲ ਫਸਟ ਟਾਈਮ ਇਹ ਆ ਜੀ ਇੱਕ ਲਕਸ਼ਮੀ ਡੇਰੀ ਫਾਰਮ। ਹਾਂਜੀ, ਇਹ ਕੋਹੇ ਨੂਰ ਦਾ ਬੱਚਾ ਜੀ। ਇਹ ਕੋਹੇ ਨੂਰ ਦਾ ਬੱਚਾ ਆ ਗਿਆ? ਹਾਂਜੀ। ਉਦੋਂ ਬਾਅਦ ਵਾਲੇ ਸੂਏ ਚ? ਉਦੋਂ ਬਾਅਦ ਵੀ ਇਹਨੇ ਮੇਲ ਕਾ ਵੀ ਕੱਟਾ ਹੀ ਦਿੱਤਾ ਸੀ। ਕੱਟਾ ਹੀ ਦਿੱਤਾ, ਉਹ ਕਿਸੇ ਦੋਸਤ ਨੂੰ ਦੇਤਾ। ਅੱਛਾ, ਉਹ ਕਿਸੇ ਦੋਸਤ ਨੂੰ ਦੇਤਾ। ਹਾਂਜੀ, ਤੇ ਹੁਣ ਤੀਜੇ ਸੂਏ ਦਾ ਇਹ ਕੱਟਾ ਇਹ ਮੋਦੀ ਬੁੱਲ ਚੋ ਜੀ। ਇਹ ਮੋਦੀ ਬੁੱਲ ਦਾ ਆ ਗਿਆ ਲਕਸ਼ਮੀ ਡੇਰੀ ਫਾਰਮ ਵਾਲੇ ਦਾ। ਹਾਂਜੀ, ਲਕਸ਼ਮੀ ਡੇਰੀ। ਠੀਕ ਹੈ, ਹੁਣ ਮੱਝ ਕਿੰਨੇ ਚਿਰ ਦੀ ਗੱਭਣ? ਹੁਣ ਇਹ 5 ਮਹੀਨੇ ਦੀ ਹੈਗੀ ਹੈ, ਅੱਜ ਮਿਲਦੀ ਵੀ ਦੋਵੇਂ ਟਾਈਮ। ਅੱਛਾ, ਦੋਨੇ ਟਾਈਮ ਮਿਲਦੀ ਆ 5 ਮਹੀਨੇ ਦੀ ਗੱਭਣ ਵਿੱਚ ਦੀ? ਮੇਰੇ ਖਿਆਲ 'ਚ ਕੋਈ ਹਵਾਨੇ ਨੂੰ ਥੋੜ੍ਹੀ ਬਹੁਤ ਦਿੱਕਤ ਆ ਗਈ ਸੀ, ਹੁਣ ਸਾਨੂੰ ਥੋੜ੍ਹੀ ਪ੍ਰੋਬਲਮ ਆ ਗਈ ਸੀ ਇੱਕ ਨੂੰ। ਠੀਕ ਹੈ, ਹੁਣ ਮਤਲਬ ਠੀਕ ਆ, ਥਾਂ ਠੀਕ ਆ, ਅਗਲੇ ਸੂਏ ਆਪਾਂ ਲਾਈਵ ਦਿਖਾਵਾਂਗੇ। ਲਾਈਵ ਦਿਖਾਵਾਂਗੇ। ਠੀਕ ਹੈ। ਸੋ ਦੋਸਤੋ ਦੇਖੋ, ਤੁਸੀਂ ਰਾਕਾ ਬੁੱਲ ਦੀ ਧੀ ਹੈ, ਦੁੱਧ ਜੇ ਮਾਂ ਦੇ ਦੁੱਧ ਦੀ ਗੱਲ ਕਰਦੇ ਹਾਂ ਤਾਂ 12-13 ਕਿਲੋ ਤੇ ਇਹਨੇ ਦਿੱਤਾ ਲਗਭਗ 19 ਕਿਲੋ ਤੋਂ ਬਾਹਰ 20 ਦੇ ਆਸ ਪਾਸ, 20 ਤੋਂ ਕਦੇ ਉੱਤੇ ਤੇ ਕਦੇ ਥੱਲੇ, ਮਤਲਬ
ਤੁਸੀਂ 20 ਕਿਲੋ ਮੰਨ ਲਓ ਪਰ ਇੱਕ ਫਰਕ ਦੇਖੋ ਜੇ ਦੋ ਗੱਲਾਂ ਇੱਥੇ ਨੋਟ ਹੁੰਦੀਆਂ ਇੱਕ ਤਾਂ ਸੀਮਨ ਚੰਗਾ ਵਰਤਣ ਨਾਲ ਰਿਜ਼ਲਟ ਆਉਂਦਾ ਤੇ ਦੂਜਾ ਜਦੋਂ ਸੀਮਨ ਚੰਗਾ ਲੈ ਆਂਦਾ ਇਹਦਾ ਮਤਲਬ ਝੋਟੀ ਦੀ ਕੇਅਰ ਵੀ ਬਾਈ ਜੀ ਹੋਰਾਂ ਨੇ ਜ਼ਿਆਦਾ ਕੀਤੀ ਹੋਊਗੀ ਫਿਰ ਇਸੇ ਤਰ੍ਹਾਂ ਹੀ ਜਿਹੜਾ ਉਹ ਪਸ਼ੂ ਜੰਪ ਕਰਦਾ ਆਪਦੀ ਮਾਂ ਦੇ ਨਾਲ ਇੱਕ ਬਾਈ ਸਾਹਮਣੇ ਮੱਝ ਦਿਸਦੀ ਆ ਜਿਹੜੀ ਅੱਖ 'ਚ ਵੀ ਥੋੜ੍ਹਾ ਵਾਈਟ ਰੰਗ ਹੈਗਾ ਗ੍ਰੇਡਡ ਜੀ ਮੱਝ ਹੈ ਉਹ ਵੀ ਕਰਦੇ ਰਵੇ ਚ ਹੀ ਆ ਇਹ ਵੀ ਕਰਦੇ ਰਵੇ ਜੋ ਇਹ ਹੈਗੀ ਹੈ ਸੀਮਨ ਦੀ ਆ ਜਿਵੇਂ ਨਾਭੇ ਦਾ ਸੀਮਨ ਨਹੀਂ ਆਪਾਂ ਨਾਭੇ ਦਾ ਪਹਿਲਾਂ ਆਉਂਦਾ ਹੁੰਦਾ ਸੀ ਇਹ ਉਹ ਸੀਮਨ ਦੀ ਆ ਤੇ ਇਹਦੀ ਅੱਖ ਇੱਕ 'ਚ ਆ ਗਿਆ ਪਰ ਦੁੱਧ ਇਹ ਵੀ 17-18 ਕਿਲੋ ਅੱਛਾ ਦੁੱਧ ਇਹਨਾਂ ਦੇ ਦਿੰਦੀ ਹੈ ਵੀ ਦੇ ਦਿੰਦੀ ਇਹ ਪਿਛਲੀ ਵਾਰ ਮੈਂ 40 ਦਿਨ ਸਾਰਾ ਛੱਡੀ ਸੀ ਅੱਛਾ ਹੁਣ ਤੋਂ ਪਰ ਮੈਂ ਗਲਤੀ ਕੀਤੀ ਨਹੀਂ ਕਰਨੀ ਚਾਹੀਦੀ ਮਤਲਬ 2-2.5 ਮਹੀਨੇ ਡੰਗਰ ਮਿਲਣਾ ਚਾਹੀਦਾ ਉਹਨੂੰ ਹਾਂ ਛੱਡਣ ਵਾਸਤੇ ਫਿਰ ਕੀ ਦੁੱਧ ਜਦੋਂ ਇਹਨਾਂ ਚਿਰ ਚੋਈ ਦੁੱਧ ਕੁਛ ਡਾਉਣ ਆਇਆ ਹੋਊਗਾ ਤੀਜੇ ਦਿਨ ਕੈਲਸ਼ੀਅਮ ਘਟ ਗਿਆ ਚੌਥੇ ਦਿਨ ਅੱਛਾ ਡਾਕਟਰ ਸਾਹਿਬ ਆ ਸਰਜੀਤ ਜੀ ਕੋਲੇ ਹੀ ਆ ਅੱਛਾ ਇਲਾਜ ਕੀਤਾ ਪਰ ਉਸ ਲੈਵਲ ਤੇ ਨਹੀਂ ਮੁੜ ਕੇ ਗਈ ਅੱਛਾ ਮੁੜ ਕੇ ਉਸ ਲੈਵਲ ਤੇ ਨਹੀਂ ਗਈ ਅਗਲਾ ਸੂਆ ਫਿਰ ਕੰਮ ਹੋ ਜਾਂਦਾ ਆਪਾਂ ਲਾਲਚ ਜਿਹੜਾ ਕਰ ਲੈਂਦੇ ਸਹੀ ਐਸੋ ਦੱਸੋ ਇੱਕ ਹੋਰ ਖਾਸ ਗੱਲ ਜਿਹੜੀ ਤੁਹਾਡੇ ਸਮਝਣ ਵਾਲੀ ਹੈ ਸਿਰਫ 40 ਦਿਨ ਛੱਡੀ ਕਿਉਂਕਿ ਮੱਝ ਲੰਬਾ ਟਾਈਮ ਦੁੱਧ ਪਿਉਂਦੀ ਹੈ ਤੇ ਉਹਦਾ ਲਾਸ ਇਹ ਹੋਇਆ ਵੀ ਦੂਜੇ ਸੂਏ ਜਦੋਂ ਐਰਕੀ ਸੋਈ ਆ ਤਾਂ ਕੈਲਸ਼ੀਅਮ ਘਟਾ ਗਈ ਮੱਝ ਕਿਉਂਕਿ ਪੂਰੀ ਅੰਦਰੋਂ ਤੰਦਰੁਸਤ ਨਹੀਂ ਹੋ ਸਕੀ ਇਹਦੇ ਬੱਚੇ ਫਿਰ ਕਿਹੜੇ ਕਿਹੜੇ ਆਪਣੇ ਕੋਲ ਇਹਦੇ ਜੀ ਇੱਕ ਇਹ ਝੋਟੀ ਆ ਠੀਕ ਹੈ ਲਛਮੀ ਦੀ ਫਰਮ ਵਾਲਿਆਂ ਦੀ ਨਾਗਬੁੱਲ ਦੀ ਇਹ ਨਾਗਬੁੱਲ ਦੀ ਹੈ ਅੱਛਾ ਤੇ ਇਹ ਹੁਣ ਕਿੰਨੀ ਕੁ ਉਮਰ ਹੋ ਗਈ ਕਿੰਨੇ ਚਿਰ ਦੀ ਗੱਭਣ ਇਹ 25 ਮਹੀਨਿਆਂ ਦੀ ਮਿੰਜ ਗੱਭਣ ਹੋ ਗਈ ਸੀ ਠੀਕ ਹੈ ਤੇ ਹੁਣ 4.5 ਮਹੀਨਿਆਂ ਦੀ ਗੱਭਣ ਆ 30 ਕੁ ਮਹੀਨੇ ਦੀ ਹੋ ਗਈ ਹੁਣ ਫਿਰ ਕਿਹੜੇ ਬੁੱਲ ਦਾ ਸੀਮਨ ਲੱਗ ਗਿਆ ਇਹਦੇ ਇਹ ਜੀ ਹੁਣ ਆਪਦੇ ਘਰ ਵਾਲੇ ਅੱਛਾ ਇਸ ਝੋਟੇ ਤੋਂ ਕ੍ਰਾਸ ਕਰਾਤੀ ਹੈ ਹਾਂਜੀ ਹਾਂਜੀ ਠੀਕ ਹੈ ਸੋ ਦੋਸਤੋ ਹੁਣ ਤੁਹਾਨੂੰ ਦਿਖਾਉਣੇ ਆ ਦੋ ਨਾਗ ਹੋਰ ਆ ਫਿਰ ਆਪਾਂ ਝੋਟਾ ਦਿਖਾਵਾਂਗੇ ਇਧਰ ਬਈ ਇੱਕ ਜਰਸੀ ਵੱਛੀ ਇਹ ਕਰਦੀ ਹੈ ਜਾਂ ਇਹ ਖਰੀਦੀ ਹੈ ਸ਼ੌਂਕ ਆ ਸ਼ੌਂਕ ਨਾਲ ਖਰੀਦੀ ਹੈ ਕਿਤੇ ਫਾਰਮ ਤੋਂ ਜੀ ਅੱਛਾ ਇਹ ਸ਼ੌਂਕ ਨਾਲ ਖਰੀਦੀ ਹੈ ਗੱਭਣ ਲੱਗਦੀ ਅੱਗੇ ਹਨਾ ਇਹ 3 ਮਹੀਨੇ ਦੀ ਗੱਭਣ ਆ ਜੀ ਠੀਕ ਹੈ ਇਹਦੇ ਨਾਲ ਇੱਕ ਝੋਟੀ ਖੜੀ ਹੈ ਬਈ ਇਹ ਵੀ ਇਸੇ ਮੱਝ ਦੀ ਹੈ ਪਰ ਹੈਗੀ ਇਹ ਮੋਦੀ ਬੁੱਲ ਦੀ ਹੈ ਵੀ ਇਹ ਮੋਦੀ ਬੁੱਲ ਦੀ ਹੈ ਜਿਹੜੀ ਮੱਝ ਹੁਣ ਥੋੜਾ ਜਿਹਾ ਡਰਦੀ ਸੀ ਮੇਰੇ ਵੱਲ ਨੂੰ ਆਉਂਦੀ ਸੀ ਉਹ ਨਾਭੇ ਵਾਲੇ ਬੁੱਲ ਦੀ ਹੈ ਜਿਹੜੀ ਉਹਦੀ ਧੀ ਹੈ ਤੇ ਇਹ ਮੋਦੀ ਦੀ ਹੈ ਜੈੱਡ ਬਲੈਕ ਹੀ ਆ ਗਈ ਮੈਨੂੰ ਲੱਗਦਾ ਕਿ ਪੂਛ ਹੈਗੇ ਬਾਬਾ ਜੈੱਡ ਬਲੈਕ ਠੀਕ ਹੈ ਦੋਵੇਂ ਮੋਦੀ ਤੇ ਦੋਵੇਂ ਜੈੱਡ ਬਲੈਕ ਹੈ ਠੀਕ ਹੈ ਅੱਛਾ ਇਹ ਕੱਟੇ ਦੀ ਹੁਣ ਉਮਰ ਇਸ ਟਾਈਮ ਕਿੰਨੀ ਹੈ ਜਿਹੜਾ ਮੋਦੀ ਦਾ ਬੱਚਾ ਇਹ 14 ਮਹੀਨੇ ਦੀ ਹੋਊਗੀ ਜੀ 14 ਮਹੀਨੇ ਉਮਰ ਹੈ ਸੇਲ ਕਰ ਦਿਆਂਗੇ ਜੇ ਕੋਈ ਗਾਹਕ ਨਿਕਲਦਾ ਹਾਂਜੀ ਹਾਂਜੀ ਠੀਕ ਹੈ ਰੇਟ ਆਪਾਂ ਦੱਸਾਂਗੇ ਜਾਂ ਫੋਨ ਤੇ ਰਹੂਗਾ ਨਹੀਂ ਫੋਨ ਤੇ ਦੱਸ ਲਾਂ ਰੇਟ ਮਤਲਬ ਜੋ ਆਪਾਂ ਜਾਇਆ ਜੀ ਆਪਾਂ ਕਿਹੜਾ ਕੋਈ ਜ਼ਿਆਦਾ ਅੱਛਾ ਆਪਣਾ ਇਹ ਸ਼ੌਂਕ ਆ ਵੀ ਲੱਗੇ ਜਾਂ ਬਰੀਡ ਚੰਗੀ ਬਣੇ ਵੀ ਜਿਹਦੇ ਕੋਲ ਜਾਵੇ ਵੀਰ ਕੋਲੇ ਠੀਕ ਹੈ ਓਕੇ ਸੋ ਦੋਸਤੋ ਹਾਈਟ ਲੈਂਥ ਦੇਖ ਲਓ 14 ਮਹੀਨਿਆਂ ਦਾ ਕੱਟਾ ਤੇ ਮੋਦੀ ਦਾ ਕੱਦ ਕਾਠ ਬਹੁਤ ਆਵਦਾ ਵੀ ਸਾਰੇ ਜਾਣਦੇ ਆ ਤੇ ਤੁਸੀਂ ਹਾਈਟ ਦੇਖ ਲਓ ਬਾਈ ਦੇ ਨਾਲ ਲਗਭਗ ਮੋਢੇ ਤੇ ਪਹੁੰਚਦਾ ਜਾਂਦਾ 14 ਮਹੀਨੇ ਉਮਰ ਸਿੰਘ ਕੁੰਡੇ ਰੱਖੂਗਾ ਕੱਟੀ ਡੇਢ ਮਹੀਨਾ ਛੋਟੀ ਹੈ ਠੀਕ ਹੈ ਕੱਟੀ ਡੇਢ ਮਹੀਨਾ ਛੋਟੀ ਹੈ ਬਈ ਆਪਾਂ ਨੂੰ ਥੋੜਾ ਜਿਹਾ ਤੁਰ ਦਈਏ ਇਹਨੂੰ ਜੇ ਭਜਦਾ ਨਹੀਂ ਤਾਂ ਫਿਰ ਖੋਲ ਲਿਓ ਜੀ ਸੋ ਦੋਸਤੋ ਸਾਫ ਸੁਥਰੇ ਅੰਗਾਂ ਪੈਰਾਂ ਦਾ ਬਿਲਕੁਲ ਇਹ ਬਹੁਤ ਸਾਫ ਝੋਟਾ ਹੈ ਜਿਹਨੂੰ ਪਸੰਦ ਆਵੇ ਸੋ ਹੈ ਜੈੱਡ ਬਲੈਕ ਹੀ ਕੋਈ ਵਾਲ ਵਾਈਟ ਨਹੀਂ ਹੈ ਇਹਦੇ ਨਾ ਪੂਛ 'ਚ ਅਤੇ ਨਾ ਮੱਥੇ 'ਚ 14 ਮਹੀਨੇ ਉਮਰ ਹੈ ਚੰਗੇ ਕੱਦ ਕਾਠ ਦਾ ਝੋਟਾ ਤਿਆਰ ਹੋਣਾ ਮਾਂ ਮਿਲਦੀ ਹੈ ਇਹ ਥੋੜਾ ਲੇਟ ਗਰਮੀ ਪਿਛਲੀ 'ਚ ਲੇਟ ਹੋ ਗਿਆ ਹੈ ਨਾ ਨਵੀਆਂ ਲੇਟ ਥੋੜਾ ਹੋ ਗਿਆ ਅੱਛਾ ਹਜੇ ਵੀ ਇੱਥੋਂ ਮਿਲਦੀ ਹੈ ਉਹ ਮਿਲਦੀ ਹੈ ਜੀ ਠੀਕ ਹੈ ਉਹ ਤਾਂ ਫਿਰ ਛੱਡਣਾ ਹੀ ਪੈਣਾ ਆਪ ਜਦੋਂ ਜੀ ਕੀਤਾ ਅੱਛਾ ਠੀਕ ਹੈ ਉਹਦਾ ਇਹ ਕੰਮ ਸੋ ਦੋਸਤੋ ਇਹ ਦੇਖ ਸਕਦੇ ਹਾਂ ਤੁਸੀਂ ਕੱਟਾ ਜਿਹੜਾ ਇਹ ਮੋਦੀ ਬੁੱਲ ਦਾ ਤੇ ਰਾਕੇ ਬੁੱਲ ਦੀ ਜਿਹੜੀ ਧੀ ਹੈ ਬਾਈ ਜੀ ਹੋਰਾਂ ਕੋਲ ਉਹਦਾ ਬੱਚਾ ਇਹ ਬਹੁਤ ਸੋਹਣਾ ਸਟਰਕਚਰ ਹੈ ਝੋਟੇ ਦਾ ਕੱਟੇ ਦਾ ਚੰਗਾ ਝੋਟਾ ਤਿਆਰ ਹੋਊ ਬਾਈ ਬੰਨ੍ਹ ਦਿਓ ਲੈ ਚਲੋ ਫਿਰ ਕੋਸ਼ਿਸ਼ ਕਰਾਂਗੇ ਅਗਲੀ ਵਾਰ ਮੱਝ ਜਿਹੜੀ ਉਹ ਲਾਈਵ ਬਾਈ ਕੋਲੋਂ ਕਰਕੇ ਫਿਰ ਇਹ ਜੇ ਉਦੋਂ ਪਹਿਲਾਂ ਵਿਕ ਜਾਂਦਾ ਕੱਟਾ ਤਾਂ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਫਿਰ ਤੁਹਾਨੂੰ ਲਾਈਵ ਇਹਦੀ ਮਾਂ ਚਵਾ ਕੇ ਦਿਖਾਵਾਂਗੇ ਤੇ ਫਿਰ ਇਹ ਵੀ ਆ ਵੀ ਕਿਸੇ ਨਾ ਕਿਸੇ ਸੀਮਨ ਬੈਂਕ ਵਾਲੇ ਵੀਰ ਨੇ ਵੀ ਹੱਥੇ ਨੂੰ ਪਾ ਲੈਣਾ ਕਿਉਂਕਿ ਚੰਗੇ ਢਾਂਚੇ ਦਾ ਝੋਟਾ ਇਹ ਤਿਆਰ ਹੋਣਾ ਇੱਕ ਮੇਨ ਵੀਡੀਓ ਬਣਨੀ ਸੀ ਦੋਸਤੋ ਇਸ ਝੋਟੇ ਦੀ ਇਹਦਾ ਫਾਇਦਾ ਇਹ ਆ ਵੀ ਇਹ ਬਾਈ ਕਹਿੰਦਾ ਵੀ ਆਪਾਂ ਡਾਇਰੈਕਟ ਕ੍ਰੋਸ ਇਤੋਂ ਮੱਝਾਂ ਕਰਾਇਆ ਕਰਨੀਆਂ ਇਹਦੇ ਬਾਰੇ ਜਾਣਕਾਰੀ ਲੈ ਲੈਣੀ ਹੈ ਬਾਈ ਕੋਹੇਨੂਰ ਦਾ ਬੱਚਾ ਹੈ ਤੇ ਉਮਰ 3.5 ਸਾਲ ਹੋ ਗਈ ਹੈ 3 ਸਾਲ ਹੋ ਗਈ ਹੈ ਜੀ ਮੱਝਾਂ ਕ੍ਰੋਸ ਕਰਾਈਆਂ ਕੋਸੇ ਤੋਂ ਇੱਕ ਤੋਂ 2-3 ਹੀ ਕਰਾਈਆਂ ਜੀ ਦੋ ਮੇਰੇ ਖਿਆਲ ਚ ਦੋਨੇ ਮੱਝਾਂ ਆਪਣੀਆਂ ਹੀ ਚੈੱਕ ਇਹਦੇ ਤੋਂ ਚੈੱਕ ਪਾਸ ਹੋ ਗਈਆਂ ਨੇ ਡਾਕਟਰ ਸਾਹਿਬ ਦੀ ਹੋਈ ਇੱਕ ਡਾਕਟਰ ਸਾਹਿਬ ਨੇ ਆਪ ਦੀ ਮੱਝ ਇਤੋਂ ਕ੍ਰੋਸ ਕਰਾ ਲਈ ਹੈ ਅੱਛਾ ਇਹਦੇ ਸਟਰਾ ਵੀ ਬਣਾਉਣ ਦਾ ਇਰਾਦਾ ਜਾਂ ਨਹੀਂ ਨਹੀਂ ਸਟਰਾ ਤਾਂ ਵੇਖੋ ਬਾਕੀ ਸਟਰਾ ਬਾਅਦ ਨੂੰ ਮੈਂ ਇਕੱਲਾ ਕਰਕੇ ਵੀ ਜਿਵੇਂ ਮਿਲਿਆ ਤੇ ਨਹੀਂ ਜਾਇਆ ਜਾਂਦਾ ਠੀਕ ਹੈ ਘਰੇ ਕੋਈ ਨਹੀਂ ਹੁੰਦਾ ਅੱਛਾ ਉਹਦੇ ਕਰਕੇ ਉੱਥੇ ਟਾਈਮ ਲੱਗਦਾ ਹਰ ਕੰਮ ਜੋ ਫਿਰ ਟਾਈਮ ਹੁੰਦਾ ਹੁਣ ਫਿਰ ਮੱਝਾਂ ਜਿਹੜੀਆਂ ਜੇ ਕੋਈ ਲਿਆਉਂਦਾ ਵੀਰ ਉਹਦੀਆਂ ਕ੍ਰੋਸ ਕਰਵਾ ਦੇਾਂਗੇ ਇਤੋਂ ਕਰਵਾ ਦਾਂਗੇ ਜੀ ਕੀ ਫੀਸ ਰੱਖੀ ਆਪਾਂ ਫੀਸ ਜਾਇਜ਼ ਹੀ ਰੱਖਾਂਗੇ ਜਾਇਜ਼ ਹੀ ਰੱਖਾਂਗੇ ਹਾਂਜੀ ਹਾਂਜੀ ਫੀਸ ਤਾਂ ਨਹੀਂ ਕੋਈ ਠੀਕ ਹੈ ਜਿਵੇਂ ਆਪਾਂ ਚੰਗੇ ਆ ਸੀਵਨ ਪ੍ਰਾਈ ਚੰਗਾ ਸੀਵਨ ਪ੍ਰਾਈ ਦਾ 5-6 ਸੌ ਰੁਪਈਆ ਲੱਗ ਜਾਂਦਾ ਸਹੀ ਹੈ ਦੋ ਭਰਾਉਣੇ ਪੈਂਦੇ ਜੀ ਬਿਲਕੁਲ 1200 ਰੁਪਈਆ ਹਾਂ ਫਿਰ ਪਤਾ ਨਹੀਂ ਹੁੰਦਾ ਵੀ ਉਹ ਰਹਿਣੀ ਕਿ ਨਹੀਂ ਰਹਿਣੀ ਮੱਝ ਹਾਂ ਬਿਲਕੁਲ ਇਹ ਝੋਟੇ ਦਾ ਇਹ ਮਤਲਬ 90% ਗਰੰਟੀ ਹੁੰਦੀ ਸੀਮਨ ਦੀ 50% ਹੁੰਦੀ ਹਾਂ ਇਹ ਤਾਂ ਫਰਕ ਪੈਂਦਾ ਬਿਲਕੁਲ ਉਹ ਚੀਜ਼ ਦਾ ਬਹੁਤ ਮਤਲਬ ਫਰਕ ਪੈਂਦਾ ਜੀ ਠੀਕ ਹੈ ਸੋ
पूरी ये कह सकते हैं भी प्रोपर रिकॉर्ड वाली है यदि मां का भी पता है भी वह केड़े बुल की धी है सारे ही जानते हो राका बुल का नाम पूरा चर्चित है सो ये राके की धी तो अगों जो बच्चे जन्म दिता कोहे नूर लक्ष्मी डेयरी फार्म वाला भाई तोर दो इधर सो सोने सिंगा का सुभा का भी बड़ा ठंडा सील है तुसी इनू वीडियो बंदी तो भी देखा होना एक बच्चे ने इनू फड़ के रख्या होया सीगा ये कोई भज नस नहीं करता सो ये तो तुसी मझां क्रॉस करवा सकते हैं जेडे वीर नूं ये झोटा पसंद आउंदा इत्थे लियाओ मझां आप तो तुसी मझ क्रॉस करवा सकते हो क्योंकि ये जायज गल आ भी कुछ क मझां जिहड़ियां उह सीमन जदों भराउणे आर्टिफिशियल उहदी इनसेमीनेशन करदे आ तो वह गब्बण नहीं रुकदियां नहीं गा सो ये जिहड़ा झोटा इहदे तो तुसी मझां क्रॉस करा सकते हो पूछे की जे गल करिए मसा ढाई तो तीन इंच वाइट हो सकती है दसो हेठों वाल वधे हुए है उत्तों ब्लैक वाल जिहड़े उन्हां दी कटिंग कीती हुई है सो देखो दसो इहदी जिहड़ी बाडी बनतर है झोटे की वह मलसियां कलां दे विच इह झोटा है मैं इहदी मां दा जिहड़ा शॉर्ट वीर होर ने बनाया जदों चवाई करदे सीगे बाल्टी भरी तुहानूं दुध दी दो बाल्टियां दे विच दुध चोया विया वो थोनों मैं वीडियो दे विच शॉर्ट वो ला दूंगा हालांकि लाइव चवाई जी होनी सी पर कई बार कुछ कारण बन जाते इदा के जिदे करके जो सोचा हों उदा नहीं हों पर आने वाले टाइम च बई कहिंदा भी जरूर आप कोशिश करा जी इस झोटे की माँ है वो लाइव मिलकिंग दिखाईए ता कि यदि वैल्यू बने इस झोटे की कदर बने क्योंकि ये चंगी ब्लड लैंड है सो अज की वीडियो के दोस्तों ये थोनों नागम है जोड़े वो सारे ही दिखाते जोड़े वीर को घरें है शौकिया तौर पर वीडियो बनाई है तो नाल इनफॉर्मेशन थोनों देती है भी एक कट्टा तो एक झोटा जिहड़ा हुण तोर के दिखाया दोवां चों एक नाग बाई ने सेल करना दो झोटे घर च नहीं रखने एक संभालना है तुसीं जे कोई खरीदना चाहुंदे आ तां तां वी संपर्क बाई नाल कर सकदे हो तो जे कोई मझ क्रॉस कराउणी चाहुंदा तां जिन्ना चिर झोटा वीर दे कोल रहूगा बाई कहिंदा वी बहुता लालच नहीं है वी इहदे तों कमाई लैणी है इह तों मझां क्रॉस कराउणियां तां कि एरिए दे विच जिहड़ा उह नसल सुधार ये जरिए हो सके सो तुसी आपकी मर्जी तो क्रॉस करा सकते हो पूछ बारे मैं पहला भी दसता सी भी बहुत ही वाइट नहीं है तो देखोगे हेठों वाल वधे दिसणगे तो सिर्फ तीन चार इंच तक पूछ जी वाइट यदि दिसदी है धन्यवाद दोस्तों वीडियो देखने लई मेहरबानी।